ਕਬੂਤਰ ਰੌਲਾ ਨਹੀਂ ਪਾਉਂਦਾ ਹੁੰਦਾ ਭੌਂਕਦਾ ਹੁੰਦਾ ਉਹੀ ਜਨਾਬ ਜਨਾਬ ਜਦੋਂ ਅਸੀਂ ਆ ਕੇ ਵੇਖਿਆ ਤਾਂ ਜਨਰੇਟਰ ਦੀ ਟੈਂਕੀ ਕਿਸੇ ਨੇ ਫਾੜੀ ਹੋਈ ਸੀ ਅਤੇ ਇੱਥੇ ਖੂਨ ਡੁੱਲਿਆ ਹੋਇਆ ਸੀਗਾ ਜੀ ਸਾਨੂੰ ਸ਼ੱਕ ਹੋਇਆ ਜਨਾਬ ਅਸੀਂ ਉੱਤੇ ਜਾ ਕੇ ਵੇਖਿਆ ਤਾਂ ਮਾਮਾ ਜੀ ਨੇ ਭਾਣਾ ਵਰਤ ਚੁੱਕਿਆ ਸੀ हाँ जी रस्ता है जी इधर गेट का भी है ये इधरले पासे साडू ही थाए जी इधर रूड़ी है मुंडी ओए इधर तो कोई बहुत है बकरी टाल जा ਵਾਸਨਾ ਮਾਰ ਚਲੇ ਇਧਰ ਜਨਾਬ ਜੀ ਮੁਨਸ਼ੀ ਜੀ ਸਾਹਿਬ ਬਹਾਦਰ ਮੈਂ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਸੀ ਜ਼ਿਆਦਾਤਰ ਤਾਂ ਰੋਣ ਧੋਣ 'ਚ ਮਸਰੂਫ ਨੇ ਜਿਹੜੇ ਦੋ ਚਾਰ ਦੱਸਣ ਦੇ ਕਾਬਲ ਸੀ ਉਹਨਾਂ ਮੁਤਾਬਕ ਕਿਸੇ 'ਤੇ ਕੋਈ ਸ਼ੱਕ ਤਾਂ ਨਹੀਂ ਬਣਦਾ ਹਾਂ ਇੱਕ ਅੱਧ ਖੜ ਉਮਰ ਦੀ ਮੇਲਣ ਜ਼ਰੂਰ ਲੱਭੀ ਆ ਕੋਈ ਦੱਸਣ ਦੀ ਕੋਸ਼ਿਸ਼ ਕਰਦੀ ਆ ਪਰ ਮੇਰੇ ਤਾਂ ਕੁਝ ਪੱਲੇ ਪਿਆ ਨਹੀਂ ਮੂੰਹ 'ਚ ਗੁਣ ਗੁਣ ਜਿਹਾ ਕਰੀ ਜਾਂਦੀ ਆ ਤੁਸੀਂ ਪੁੱਛ ਕੇ ਵੇਖ ਲਓ ਜੇ ਦੱਸਦੀ ਆ ਹਾਂਜੀ ਦੱਸੋ ਜੀ ਇੱਧਰ ਨਾ ਜੀ ਜਨਾਬ ਤਫਤੀਸ਼ ਵਾਸਤੇ ਚਾਰਾਂ ਸਿਲਾਂ ਵਾਲੀ ਬੈਟਰੀ ਠੀਕ ਰਹਿੰਦੀ ਆ ਚੌਕਟਾ ਹੀ ਦੱਸਦਾ ਤੂੰ ਸਾਰੀ ਉਮਰ ਕੁਛ ਨੀ ਕੀਤਾ ਪਰ ਜਿਹੜੇ ਹਿਸਾਬ ਨਾਲ ਬੈਠਾ ਹੁਣ ਜਰੂਰ ਕੁਛ ਨਾ ਕੁਛ ਕਰ ਦੇਗਾ ਖੜਾ ਰੱਬ ਦਾ ਵਾਸਤਾ ਜੇ ਕੁਛ ਦੇਖਿਆ ਸਾਨੂੰ ਦੱਸ ਤਫਤੀਸ਼ ਚ ਮਦਦ ਕਰ ਤੇ ਸਾਨੂੰ ਰਾਹੇ ਪਾ ਹੁਣੇ ਪਾ ਦਿੰਦੇ ਆ ਜਨਾਬ ਜਨਾਬ ਮੈਂ ਉੱਥੇ ਜੇ ਖੜਾ ਸੀ ਜੀ ਆਪਦੇ ਸੁਭਾਅ ਮੁਤਾਬਕ ਜੀ ਮੈਂ ਪਿੰਡ ਵਾਲਿਆਂ ਨੂੰ ਨਸੀਹਤਾਂ ਦੇ ਰਿਹਾ ਸੀ ਨਸੀਹਤਾਂ ਤੂੰ ਸੁਭਾਅ ਦਿੰਦਾ ਹੋਏਗਾ ਖੜਾ ਗਾਲਾਂ ਕੱਢਦਾ ਹੋਏਗਾ ਲੋਕਾਂ ਨੂੰ ਉੱਥੇ ਨਸੀਹਤਾਂ ਦਿੰਦਾ ਜਦੋਂ ਕੋਈ ਬੰਦਾ ਕਿਸੇ ਨੂੰ ਵਿਆਹ ਤੇ ਨਾ ਸੱਦੇ ਉਦੋਂ ਉਹਨੇ ਗਾਲਾਂ ਹੀ ਕੱਢਣੀਆਂ ਜੀ ਹੋਰ ਕੀ ਕਰਨਾ ਜਨਾਬ ਮੈਂ ਤੂੰ ਗੱਲ ਦੱਸ ਗੱਲ ਇਹ ਆ ਜਨਾਬ ਮੈਂ ਵੇਖਿਆ ਜਨਾਬ ਇੱਕ ਵੱਡਾ ਸਾਰਾ ਮੁੰਡਾ ਉਹਦੇ ਹੱਥ ਤੇ ਸੱਬਲ ਦੋਨੋਂ ਤੇ ਸੱਬਲ ਪੂਰੀ ਲੋਹ ਨਾਲ ਲਿਪੜੀ ਹੋਈ ਸੀ ਉਹ ਮੇਰੇ ਵੱਲ ਆ ਰਿਹਾ ਸੀ ਮੈਂ ਉਹਨੂੰ ਵੇਖ ਕੇ ਡਰ ਗਿਆ ਜਨਾਬ ਮੈਂ ਲੁਕਿਆ ਜੀ ਉਹ ਮੇਰੇ ਕੋਲ ਦੀ ਲੰਘ ਗਿਆ ਜੀ ਅੱਗੇ ਜਨਾਬ ਉਹਦਾ ਮੋਟਰਸਾਈਕਲ ਖੜਾ ਸੀ ਉਹਨੇ ਕਿੱਕ ਮਾਰੀ ਤੇ ਤਿੱਤਰ ਹੋ ਗਏ ਬਸ ਜਨਾਬ ਮੈਂ ਤਾਂ ਇੰਨਾ ਕੀ ਕੁਛ ਦੇਖਿਆ ਜੀ
ਅਕਸ਼ ਜੀ ਜਨਾਬ ਲੈ ਵੀ ਜੇ ਤੈਂ ਕਤਲ ਕੀਤਾ ਹੁੰਦਾ ਤੂੰ ਕਿੰਨੇ ਦੀ ਸਪੀਡ 'ਤੇ ਨਿਕਲਦਾ ਵੀ ਆਹ ਗਲੀ 'ਚੋਂ ਮੋਟਰਸਾਈਕਲ ਲੈ ਕੇ ਮੈਂ ਤਾਂ ਜੀ 20 ਜਾਂ 30 ਦੀ ਸਪੀਡ 'ਤੇ ਨਿਕਲਦਾ ਜੀ ਅਤੇ ਗੇਅਰ ਗੇਅਰ ਦੂਜਾ ਜਾਂ ਤੀਜਾ ਜੀ ਉਹ ਦੂਜਾ ਕਿ ਤੀਜਾ ਦੂਜਾ ਜਨਾਬ ਠੀਕ ਹੈ ਪੰਡਿਤ ਜੀ ਜੀ ਚੰਨੇ ਮੋਟਰਸਾਈਕਲ ਖੜ੍ਹੇ ਆ ਸਪੀਡ ਸਾਰਿਆਂ ਦੀ 20 ਤੋਂ 30 ਗੇਅਰ ਦੂਜਾ ਇਕੱਲੇ ਇਕੱਲੇ ਕਰਕੇ ਪਿੱਛੇ ਚੱਲਿਓ ਠੀਕ ਹੈ ਜਨਾਬ ਅਸੀਂ ਉੱਥੇ ਜਾਂਦੇ ਹਾਂ ਚੱਲ ਗੱਲ ਲਾ जनाब मैं ता थोड़ी मदद खड़ा कई बार पिंड चमलौट कर लग पेंदे एवे कोई तीन पांच करे मैं ता खड़ा ना तीन पांच रोकण नू पुलिस मर गई भी ठीक है नौकरी तो हैगी पुलिस तू मेथो कितें अपनी कुंडली ना पड़वा ली चल दफा हो पिछे नू ओ कुन्ने चलो पिछे चलो तफ्तीश करन दियो ओए कट्ठे मोटरसाइकल स्टार्ट कर लियो आवाज नहीं समझोनी फिर कबल पप्पू बैठ जा ठीक है जी हां जी साहब पत्र भेजिए फिर भेज दियो ਇਹਦੇ ਨਾਲ ਦੇ ਆਪਣੇ ਪਿੰਡ ਜਿੰਨੇ ਵੀ ਮੋਟਰਸਾਈਕਲ ਨੇ ਸਾਰੇ ਲਿਆ ਕੇ ਦੁਪਹਿਰ ਤੀ ਉੱਥੇ ਖੜੇ ਕਰੋ ਠੀਕ ਹੈ ਜੀ ਅੰਦਰ ਓਏ ਪਤਾ ਕਰੋ ਇਹਦਾ ਠੀਕ ਹੈ।